in her pocket. Now look at her. माला फड़ के राम 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 करी जाओ।
ਕੇਂਦਰੀ ਉਹ ਭਗਤੀ ਹਿਰਦੇ ਵਿੱਚ ਵੀ ਹੋਵੇ, ਕਿਉਂਕਿ ਜਿਹਦੀ ਭਗਤੀ ਕਰਨੀ ਹੈ ਉਹ ਹਿਰਦੇ ਵਿੱਚ ਬੈਠਾ ਹੈ। ਫਿਰ ਕਹਿੰਦੇ ਨੇ ਉਹ ਭਗਤੀ ਕਰਮ ਵਿੱਚ ਵੀ ਹੋਵੇ, ਵੀ ਜੋ ਕੁਝ ਤੂੰ ਕਰ ਰਿਹਾ ਹੈ, ਜਿਹਦੀ ਭਗਤੀ ਕਰ ਰਿਹਾ ਹੈ ਉਹਨੂੰ ਕੀ ਪਸੰਦ ਹੈ, ਤੇਰੇ ਕਰਮਾਂ ਵਿੱਚ ਵੀ ਉਹ ਆ ਜਾਏ। ਪਿਛਲੇ ਦਿਨਾਂ ਵਿੱਚ ਇੱਕ ਤੋਂ ਪਾਈ ਸੀ ਕਿ ਗੁਰਮੁਖ ਆਸੇ ਗੁਰਮੁਖ ਰੋਵੇ, ਜੋ ਗੁਰਮੁਖ ਕਰੇ ਸਾਈ ਭਗਤ ਹੋਵੇ। ਭਗਤ ਨੂੰ ਸਪੈਸ਼ਲ ਮਾਲਾ ਫੇਰਨ ਦੀ ਲੋੜ ਨਹੀਂ ਪੈਂਦੀ, ਭਗਤ ਨੂੰ ਕਿਸੇ ਥਾਂ ਤੇ ਬੈਠ ਕੇ ਸਮਾਧੀਆਂ ਲਾਉਣ ਦੀ ਲੋੜ ਨਹੀਂ ਪੈਂਦੀ। ਭਗਤ ਤਾਂ ਜੋ ਕੁਛ ਕਰੀ ਜਾਂਦਾ ਹੈ ਉਹ ਹੀ ਉਹਦੀ ਭਗਤੀ ਹੈ। ਦੁਕਾਨ ਤੇ ਬੈਠਾ ਸੱਚ ਬੋਲ ਰਿਹਾ ਹੈ, ਪੂਰਾ ਤੋਲ ਰਿਹਾ ਹੈ, ਕੋਈ ਮਿਲਾਵਟ ਨਹੀਂ ਦੇ ਰਿਹਾ। ਗਾਹਕ ਨਾਲ ਕਸਟਮਰ ਨਾਲ ਮਿੱਠਾ ਬੋਲ ਰਿਹਾ ਹੈ, ਬਸ ਭਗਤੀ ਹੈ। ਇਹੋ ਹੀ ਤਾਂ ਨਿਸ਼ਾਨੀਆਂ ਨੇ ਪ੍ਰਭੂ ਦੀਆਂ। ਇਸੇ ਲਈ ਭਗਤ ਜੈਦੇਵ ਜੀ ਨੇ ਤਿੰਨ ਲਫ਼ਜ਼ ਭਗਤੀ ਵਿੱਚ ਇਕੱਠੇ ਕੀਤੇ। ਕਹਿੰਦੇ ਨੇ ਹਰ ਭਗਤ ਭਜ ਨੇ ਕੇਵਲਾ, ਕੇਵਲ ਹਰੀ ਦੀ ਭਗਤ ਕਰ, ਪਰ ਰਿੱਦ ਕਰਮਨਾ ਬਚਸਾ। ਤਿੰਨ ਲਫ਼ਜ਼ ਨੇ, ਹਿਰਦੇ ਨਾਲ ਕਰਮਾਂ ਵਿੱਚ ਸ਼ਾਮਿਲ ਕਰਕੇ ਤੇਰੇ ਕਰਮ ਪ੍ਰਭੂ ਭਗਤੀ ਵਾਲੇ ਹੋਣ, ਤੇ ਫਿਰ ਤੇਰੀ ਜ਼ਬਾਨ ਤੇ ਵੀ ਪ੍ਰਭੂ ਭਗਤੀ ਹੋਵੇ। ਤਿੰਨ ਚੀਜ਼ਾਂ ਇਕੱਠੀਆਂ ਕਰ, ਰਿੱਦ ਕਰਮਨਾ ਬਚਸਾ। ਕਹਿਣ ਲੱਗੇ ਜੇ ਇਹ ਤਿੰਨ ਚੀਜ਼ਾਂ ਇਕੱਠੀਆਂ ਕਰਕੇ ਤੈਨੂੰ ਭਗਤੀ ਕਰਨੀ ਆ ਜਾਏ, ਫਿਰ ਜੋਗੇ ਨੇ ਕਹੀਂ ਜਗੇ ਨੇ ਕਹੀਂ ਦਿਆਰੇ ਨੇ ਕਹੀਂ ਤਪਸਾ, ਫਿਰ ਯੋਗ ਧਾਰਨ ਕਰਨ ਦੀ ਲੋੜ ਨਹੀਂ, ਇਹਦੇ ਮੁਕਾਬਲੇ ਕੁਝ ਨਹੀਂ। ਫਿਰ ਯੱਗ ਕਰਨ ਦੀ ਲੋੜ ਨਹੀਂ, ਇਹਦੇ ਮੁਕਾਬਲੇ ਕੁਝ ਨਹੀਂ। ਫਿਰ ਦਾਨ ਕਰਨ ਦੀ ਵੀ ਲੋੜ ਨਹੀਂ, ਕਿਉਂਕਿ ਇਹ ਗੱਲ ਵੀ ਕਿਉਂ ਆਖੀ, ਕਿਉਂਕਿ ਦਾਨ ਦੀ ਪਰਿਭਾਸ਼ਾ ਬ੍ਰਾਹਮਣ ਨੇ ਬਦਲ ਦਿੱਤੀ ਸੀ। ਅੱਜ ਮਨੁੱਖ ਸਮਝਣ ਲੱਗ ਪਿਆ, ਕਹਿਣ ਲੱਗ ਪਿਆ, ਭਾਵੇਂ ਪ੍ਰੈਕਟੀਕਲੀ ਨਹੀਂ, ਕਹਿਣ ਜ਼ਰੂਰ ਲੱਗ ਪਿਆ ਵੀ ਗੁਰਦੁਆਰਿਆਂ ਵਿੱਚ ਮਹੰਤਾਂ ਦੇ ਡੇਰਿਆਂ ਵਿੱਚ ਦਾਨ ਕਰਨ ਦੀ ਬਜਾਏ ਕਿਸੇ ਗਰੀਬ ਦੀ ਝੋਲੀ ਪਾਓ। ਕਹਿਣ ਲੱਗ ਪਿਆ ਜਿਸ ਬੱਚੇ ਨੂੰ ਰੋਟੀ ਨਹੀਂ ਮਿਲਦੀ, ਜਿਸਦੇ ਤਨ ਤੇ ਕੱਪੜਾ ਨਹੀਂ, ਉਹਦੀ ਮਦਦ ਕਰੋ, ਦਾਨ ਦਾ ਹੱਕਦਾਰ ਹੋ। ਮਨੁੱਖ ਸਮਝਣ ਲੱਗ ਪਿਆ, ਪਰ ਤਰੱਕੀ ਕਰੀ ਨਹੀਂ। ਗੋਲਕਾਂ ਫਿਰ ਉੱਥੇ ਹੀ ਭਰੀਆਂ ਜਾ ਰਹੀਆਂ, ਗਰੀਬ ਦੇ ਬੱਚਿਆਂ ਨੂੰ ਪੜ੍ਹਾਈ ਵਾਸਤੇ ਫੀਸ ਦਾ ਕੋਈ ਸਾਧਨ ਨਹੀਂ, ਉਹਨੂੰ ਕਿਤਾਬਾਂ ਤੇ ਕਾਪੀਆਂ ਲੈ ਕੇ ਦੇਣ ਵਾਲਾ ਕੋਈ ਨਹੀਂ। ਉਹ ਫਿਰ ਜਦੋਂ ਅਨਪੜ੍ਹ ਰਹਿ ਕੇ ਭਟਕ ਕੇ ਸਮਾਜ ਵਿੱਚ ਜਾਂਦਾ, ਫਿਰ ਉਹਨੂੰ ਮੰਗਤਾ ਹੀ ਬਣਨਾ ਪੈਂਦਾ। ਪਰ ਗੋਲਕਾਂ ਫਿਰ ਉੱਥੇ ਭਰੀਆਂ ਜਾਂਦੀਆਂ ਨੇ, ਕਿਉਂਕਿ ਅਸੀਂ ਜੋ ਕੁਝ ਕਹਿੰਦੇ ਹਾਂ ਸੁਣਦੇ ਹਾਂ ਉਹ ਪ੍ਰੈਕਟੀਕਲੀ ਵੀ ਨਹੀਂ ਕਰਦੇ। ਇਸੇ ਲਈ ਲਵਤ ਪਾਤਰ ਨਰਕ ਦੇ ਕਰਮ ਨਾਲ ਬਚਦਾ, ਜਿਹਦੇ ਵਿੱਚ ਵੀ ਕਰਮਾਂ ਵਿੱਚ ਵੀ ਤਰੱਕੀ ਕਰੇ। ਕਹਿਣ ਲੱਗੇ ਫਿਰ ਕੀ ਹੈ, ਜੋਗੇ ਨੇ ਕਹੀਂ, ਜਗੇ ਨੇ ਕਹੀਂ, ਦਾਨੇ ਨੇ ਕਹੀਂ, ਫਿਰ ਹੋਰ ਕੋਈ ਦਾਨ ਇਸ ਤੋਂ ਵੱਡਾ ਨਹੀਂ। ਕਿਉਂ ਇਹ ਲਫ਼ਜ਼ ਕਿਉਂ ਆਏ ਮੈਨੂੰ ਨਾਲ ਨਾਲ, ਅੱਜ ਕੁਛ ਸਾਹਮਣੇ ਚੀਜ਼ਾਂ ਆਈਆਂ ਨੇ ਸਾਡੀਆਂ ਕਰਨਾ, ਕਿਉਂਕਿ ਬ੍ਰਾਹਮਣ ਨੇ ਧਰਮ ਨੂੰ ਚਿਤਰਿਆ ਸੀ, ਸਮਾਂ ਐਸਾ ਸੀ
धर्म की तस्वीर धर्म की चित्रकारी केवल ब्राह्मण के हाथ में सी ते उन्हें उन्दे विच दान दे लफज़ नूं इन्हां लफज़ां नाल चित्रिया सी कि दान दा हकदार केवल ब्राह्मण है। अज भी पढ़ के देख दान केवल ब्राह्मण नूं दिता जा सकदा। जयदेव भी ब्राह्मण, अजीब घटना है, ये सच्चाई की है। इत्थे मसला किसी जात दा नहीं, सच्चाई दा। जयदेव भी ब्राह्मण है, वो कहता नहीं मैनू एक गल चंगी नहीं लगी, जे इत्थे मैं दान नूं महत्ता दियां ते दान दा मालक तां ब्राह्मण बनिया बैठा है। ਕਹਿੰਦਾ ਨਹੀਂ ਪ੍ਰਭੂ ਭਗਤੀ ਵਿੱਚ ਦਾਨ ਦੀ ਕੋਈ ਥਾਂ ਨਹੀਂ, ਦਾਨੇ ਕੀ ਤਪਸਾ। ਇਹ ਗੱਲ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤੀ, ਆਪਣੀ ਬਾਣੀ ਵਿੱਚ ਵੀ ਆਖ ਦਿੱਤੀ। ਕਹਿਣ ਲੱਗੇ ਨਾ ਤੂੰ ਆਵੇਂ ਬਸ ਕਿਤੇ ਗਜਾਉਣੇ ਬਹੁਤ ਕਿਨਾਉਣੇ, ਨਾ ਤੂੰ ਆਵੇਂ ਬਸ ਵੇਦ ਪੜਾਉਣੇ, ਨਾ ਤੂੰ ਆਵੇਂ ਬਸ ਤੀਰਥ ਦਾਈਏ, ਨਾ ਤੂੰ ਆਵੇਂ ਬਸ ਧਰਤੀ ਦਾਈਏ, ਨਾ ਤੂੰ ਆਵੇਂ ਬਸ ਕਿਤੇ ਸਿਆਣਪ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ। ਗੁਰੂ ਦਾਨ ਦੇ ਅਗੇਂਸਟ ਹੈ? ਸਾਡੇ ਤਾਂ ਧਰਮ ਹੀ ਖਲੋਤਾ ਹੀ ਦਾਨ ਦੇ। ਗੁਰੂ ਨੇ ਇਸ ਐਸੇ ਸ਼ਬਦ ਅੰਦਰ ਦੋ ਤਿੰਨ ਚੀਜ਼ਾਂ ਐਸੀਆਂ ਰੱਖੀਆਂ ਨੇ ਜਿਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਨਾ। ਇਸ ਤੋਂ ਪਹਿਲਾਂ ਤੋਂ ਕਹੀ ਹੈ ਨਾ ਤੂੰ ਆਵੇਂ ਬਸ ਤੀਰਥ ਲਾਈਏ। ਬਾਬਾ ਫਰੀਦ ਜੀ ਦਾ ਅੱਜ ਦਾ ਸ਼ਬਦ ਇਹ ਸਲੋਕ ਜਿਹੜੇ ਦੋ ਜਿਹੜੇ ਨੇ ਇਹ ਇਸੇ ਦੇ ਚੌਗਿਰਦੇ ਅਸੀਂ ਸਮਝਦੇ। ਗੁਰਬਾਣੀ ਵੀ ਆਖ ਰਹੀ ਨਾ ਤੂੰ ਆਵੇਂ ਬਸ ਤੀਰਥ ਲਾਈਏ। ਨਿਰਾ ਇਹ ਤੁਕ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਪੂਰਨ ਪੜ੍ਹ ਲਓ। ਮੈਂ ਅੱਗੇ ਵੀ ਅਰਜ਼ ਕਰਨਾ ਵੀ ਸਾਡਾ ਦੁਖਾਂਤ ਇਹ ਹੈ ਕਿ ਅਸੀਂ ਮੱਥੇ ਟੇਕਣੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਨਹੀਂ ਰਹੇ। ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ ਬਾਰ ਇੱਕ ਗੱਲ ਦੁਹਰਾਈ ਗਈ ਹੈ ਕਿ ਗੁਰੂ ਹੀ ਸ਼ਬਦ ਹੀ ਤੀਰਥ ਹੈ, ਕੋਈ ਤੀਰਥ ਨਹੀਂ, ਕਿਸੇ ਤੀਰਥ 'ਤੇ ਨਾ ਜਾਓ, ਤੀਰਥ 'ਤੇ ਇਸ਼ਨਾਨ ਕਰਨ ਨਾਲ ਮਿਲੇ ਜੇ ਤੀਰਥ ਨਹਾਤੇ ਹਾਂ। ਭਾਈ ਗੁਰਦਾਸ ਨੇ ਵੀ ਲਿਖਿਆ ਡੰਡਾ ਜਲ ਵਾਸੀ, ਜੇ ਰੱਬ ਤੀਰਥਾਂ 'ਤੇ ਇਸ਼ਨਾਨ ਕੀਤੀਆਂ ਮਿਲ ਜਾਂਦਾ ਤਾਂ ਉਹਨਾਂ ਜਲਾਂ ਵਿੱਚ ਉਹਨਾਂ ਪਾਣੀਆਂ ਵਿੱਚ ਡੱਡੂ ਬੜੇ ਰਹਿੰਦੇ ਨੇ। ਆਪਾਂ ਹਰਿਮੰਦਰ ਸਾਹਿਬ ਵੀ ਜਾਂਦੇ ਹਾਂ, ਉੱਥੇ ਵੀ ਦੇਖਦੇ ਹਾਂ ਕਿੰਨੀਆਂ ਮਛਲੀਆਂ ਨੇ ਤਲਾਬ ਵਿੱਚ, ਸਾਰੀਆਂ ਮੁਕਤ ਹੋ ਗਈਆਂ, ਉਹ ਤਾਂ ਦਿਨ ਰਾਤ ਉੱਥੇ ਰਹਿੰਦੀਆਂ ਨੇ, ਬਾਣੀ ਵੀ ਸੁਣਦੀਆਂ। ਦੇਖੋ ਕੌੜੀ ਸੱਚਾਈ ਹੈ, ਸਾਡਾ ਦੁੱਖਾਂ 'ਤੇ ਹੋ ਗਿਆ। ਬ੍ਰਾਹਮਣਿਜ਼ਮ ਇੱਕ ਗੱਲੋਂ ਚੰਗਾ ਸੀ, ਦੇਖੋ ਹਰ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਲਿਆ। ਬ੍ਰਾਹਮਣ ਨੇ ਇੱਕ ਜਹਾਲਤਾਂ ਪਸਾਰਿਆ ਸੀ ਪਰਮਾਂ ਦਾ, ਅਤੇ ਧਰਮ ਨੂੰ ਭਰਮ ਦਾ ਰੂਪ ਦੇ ਕੇ ਉਹਦਾ ਨਾਂ ਧਰਮ ਰੱਖ ਲਿਆ ਸੀ। ਪਰ ਇੱਕ ਪੱਖ ਸੀ ਕਿ ਉਹ ਕਿਸੇ ਨੂੰ ਆਪਣੇ ਧਰਮ ਵਿੱਚ ਡੰਡਾ ਨਹੀਂ ਮਨਾ, ਡੰਡੇ ਨਾਲ ਨਹੀਂ ਸੀ ਮਨਾਉਂਦਾ। ਧਰਮ ਵਿੱਚ ਪਾ ਦੇਣਾ, ਭਵਿੱਖ ਵਿੱਚ ਪਾ ਦੇਣਾ, ਅਤੇ ਮਨੁੱਖ ਨੇ ਉਹਦੇ ਧਰਮ ਵਿੱਚ ਪਿਆ ਹੋਇਆ ਉਸ ਭਵਿੱਖੇ ਨੂੰ ਸਾਰੀ ਜ਼ਿੰਦਗੀ ਉਹ ਕੁਝ ਕਰੀ ਜਾਣਾ ਜੋ ਬ੍ਰਹਮਣ ਨੇ ਆਖਿਆ। ਡੰਡੇ ਨਾਲ ਨਹੀਂ ਸੀ ਬਣਾਉਂਦਾ, ਉਹਦਾ ਕਾਰਨ ਵੀ ਲੋਕ ਸਿੱਧੇ ਸਾਧੇ ਸਨ, ਬੜੇ ਭੋਲੇ ਸਨ, ਅਨਪੜ੍ਹਤਾ ਸੀ। ਜਿਹੜੀ ਗੱਲ ਬ੍ਰਾਹਮਣ ਆਖਦਾ ਸੀ ਉਹਨੂੰ ਸਿਰ ਝੁਕਾ ਕੇ ਮੰਨ ਲੈਂਦੇ ਸਨ, ਸਾਰੀ ਜ਼ਿੰਦਗੀ ਉਹ ਕੁਝ ਕਰੀ ਜਾਂਦੇ ਸਨ, ਉਹਨੂੰ ਡੰਡਾ ਚੁੱਕਣ ਦੀ ਲੋੜ ਹੀ ਨਹੀਂ ਪਈ। ਅੱਜ ਦਾ ਇੱਕ ਦੁਖਾਂਤ ਵਾਪਰ ਗਿਆ। ਹੁਣ ਕਿਉਂਕਿ ਲੋਕਾਂ ਵਿੱਚ ਸੋਝੀ ਆ ਰਹੀ ਹੈ, ਲੋਕ ਸਮਝਣ ਲੱਗ ਪਏ ਨੇ,
ਵਿਚਾਰਨ ਲੱਗ ਪਏ ਨੇ। ਹੁਣ ਸਾਡੇ ਕੇਸਾਧਾਰੀ ਅੱਜ ਦੇ ਬ੍ਰਾਹਮਣ ਜਿਹੜੇ ਨੇ ਉਹਨਾਂ ਨੂੰ ਫਿਕਰ ਪਿਆ ਹੋਇਆ ਕਿ ਉਹ ਬ੍ਰਾਹਮਣ ਵਾਲੀ ਗੱਲ ਹੁਣ ਕਿਵੇਂ ਚੱਲੇ, ਵੀ ਅਸੀਂ ਸਦੀ ਭਰ ਪੂਰੀ ਸਦੀ ਕਈ ਸਦੀਆਂ ਬਿਤਾ ਦਿੱਤੀਆਂ, ਜੋ ਕੁਝ ਆਖੀ ਗਏ ਮੈਨੂੰ ਅਸੀਂ ਗ੍ਰੰਥ ਬਣਾ ਦਿੱਤੇ, ਮੰਨ ਲਏ ਅਸੀਂ ਮਰਿਆਦਾ ਬਣਾ ਦਿੱਤੀਆਂ, ਇਹਨਾਂ ਮੰਨ ਲਈਆਂ ਕਰੀ ਗਏ, ਹੁਣ ਇਹ ਸੋਚਣ ਲੱਗ ਪਏ ਨੇ ਮਤ ਕਿਤੇ ਸਾਡੇ ਉਸ ਕਲਾਵੇ ਵਿੱਚੋਂ ਨਿਕਲ ਜਾਣ। ਕੁਛ ਨਿਕਲ ਵੀ ਰਹੇ ਨੇ, ਹੁਣ ਉਹਨਾਂ ਡੰਡਾ ਚੁੱਕ ਲਿਆ। ਹੁਣ ਤੁਸੀਂ ਵੇਖੋ, ਗੱਲ ਕਰਕੇ ਵੇਖੋ, ਉਹਨਾਂ ਦੀ ਮਰਜ਼ੀ ਦੇ ਧਰਮ ਦੇ ਅਗੇਂਸਟ ਕੋਈ ਗੱਲ ਵੀ, ਇਹ ਗੱਲ ਬ੍ਰਾਹਮਣਿਜ਼ਮ ਹੈ ਅਸੀਂ ਨਹੀਂ ਮੰਨਦੇ, ਡਾਂਗਾ ਚੁੱਕ ਲਿਆ ਨੇ, ਤਲਵਾਰ ਹੁਣ ਤੁਹਾਡੇ ਲੰਡਨ 'ਚ ਵਾਪਰਿਆ ਪਿਛਲੇ ਹਫ਼ਤੇ ਸੌਥਾ ਗੁਰਦੁਆਰੇ 'ਚ ਪ੍ਰਚਾਰਕ ਨੂੰ ਬੜੀ ਬੁਰੀ ਤਰ੍ਹਾਂ ਮਾਰਿਆ ਗਿਆ। ਸਿਰਫ ਗੱਲ ਇਹ ਹੋਈ ਕਿ ਉਸ ਬ੍ਰਹਮਨਿਜ਼ਮ ਦੇ ਅਗੇਂਸਟ ਉਹ ਕੋਈ ਦਲੀਲ ਦਿੰਦਾ। ਮੈਂ ਫਰਕ ਹੋਇਆ ਕਿ ਬ੍ਰਾਹਮਣ ਕਰੋ ਕੰਮ ਬ੍ਰਾਹਮਣ ਵਾਲੇ ਰਿਹਾ, ਅਸੀਂ ਚਿਹਰੇ ਬਦਲਦਾ। ਹੁਣ ਦੇਖਣਾ ਇਹ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛਣਾ ਹੈ ਜਿਹੜੇ ਜਿਹੜੇ ਮਸਲੇ ਉਹਨਾਂ ਨੇ ਉੱਥੇ ਉਠਾਏ ਨੇ। ਮੈਂ ਚਾਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛੋ, ਨਾ ਮੇਰੇ ਕੋਲ, ਮੇਰੇ ਆਖੇ ਬਿਲਕੁਲ ਨਾ ਲੱਗੋ, ਮੈਂ ਗਲਤੀ ਕਰ ਸਕਦਾ, ਮੇਰਾ ਕੋਈ ਧੜਾ ਵੀ ਹੋ ਸਕਦਾ ਭਾਵੇਂ ਨਹੀਂ, ਪਰ ਚਲੋ ਕੋਈ ਸਮਝੇ ਤਾਂ ਹੋ ਸਕਦਾ ਉਹ ਸਮਝ ਲੈ ਖੋਰੇ ਕਿਸੇ ਧੜੇ ਵੱਲੋਂ ਬੋਲਦੇ, ਮੇਰੇ ਆਖੇ ਬਿਲਕੁਲ ਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛੋ, ਉੱਥੇ ਉਸਦਾ ਵੀ ਦੁਖਾ ਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1429 ਸਫ਼ਿਆਂ ਵਿੱਚ ਕਿਸੇ ਥਾਂ 'ਤੇ ਵੀ ਤੀਰਥ ਦੀ ਮਹਾਨਤਾ ਵੱਖਰੀ ਨਹੀਂ ਰੱਖੀ ਗਈ। ਬਲਕਿ ਮੈਂ ਇੱਥੇ ਰੁਕਣਾ ਚਾਹੁੰਦਾ ਥੋੜ੍ਹਾ ਜਿਹਾ ਸੁਭਾਅ ਹੋ ਸਕਦਾ, ਕਿਉਂਕਿ ਸਮਾਂ ਅੱਜ ਕੱਲ੍ਹ ਦਾ ਹਾਲਾਤ ਨੂੰ ਦੇਖ ਲੈ। ਉਹ ਫਰਕ ਕੀ ਕਿ ਇਹ ਗੱਲ ਸਮਝਣੀ ਵੀ ਤੀਰਥ ਇਜ਼ਾਦ ਕਿੱਥੋਂ ਹੋਏ, ਤੀਰਥਾਂ ਦੀ ਲੋੜ ਕਿਉਂ ਪਈ, ਤੀਰਥ ਕਿਵੇਂ ਬਣੇ। ਸਭ ਤੋਂ ਪਹਿਲਾਂ ਤੀਰਥ ਬਣੇ ਹੀ ਬ੍ਰਹਮਣਿਜ਼ਮ ਦੇ ਟਾਈਮ 'ਤੇ, ਉਹਨੇ ਇਹ ਕਾਢ ਕੱਢੀ। ਔਰ ਤੀਰਥਾਂ ਨਾਲ ਉਹਨੇ ਬੜਾ ਕੁਝ ਜੋੜਿਆ, ਉਹ ਚੀਜ਼ਾਂ ਸਾਡੇ ਗ੍ਰੰਥਾਂ ਵਿੱਚ ਵੀ ਆ ਗਈਆਂ, ਬੜੀ ਲੰਬੀ ਚੌੜੀ ਦਾਸਤਾਨ ਹੈ ਇਹਦੇ ਪਿੱਛੇ। ਬ੍ਰਹਮਣਿਜ਼ਮ ਨੇ ਆਪਣੇ ਤੀਰਥਾਂ ਨਾਲ ਵੀ ਉਹ ਗੱਲਾਂ ਜੋੜੀਆਂ, ਜਿਵੇਂ ਪੁਸ਼ਕਰ ਤੀਰਥ ਦਾ ਇਤਿਹਾਸ। ਪੁਸ਼ਕਰ ਤੀਰਥ ਦਾ ਇਤਿਹਾਸ ਹਿੰਦੂ ਤੀਰਥ ਹੈ। ਭਾਈ ਸੰਤੋਖ ਸਿੰਘ ਨੇ ਸਾਡੇ ਇਤਿਹਾਸ ਵਿੱਚ ਜੋੜ ਦਿੱਤਾ, ਜੋੜਿਆ, ਪਰ ਜੋੜਿਆ ਕਿਵੇਂ ਕਿ ਔਰੰਗਜ਼ੇਬ ਉੱਥੋਂ ਲੰਘਿਆ। ਮੈਂ ਉਸ ਸ਼ਬਦ ਵੀ ਤਾਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦਾ, ਪਰ ਗੱਲ ਜ਼ਰੂਰ ਕਰਨਾ ਚਾਹੁੰਦਾ। ਮਜਬੂਰੀ ਹੈ, ਕੁਝ ਗੱਲਾਂ ਐਸੀਆਂ ਸਾਡੇ ਗ੍ਰੰਥਾਂ ਵਿੱਚ ਪਾ ਦਿੱਤੀਆਂ ਗਈਆਂ ਜਿਹੜੀ ਜ਼ਬਾਨ 'ਤੇ ਲਿਆਉਣੀਆਂ ਵੀ ਔਖੀਆਂ ਹੁੰਦੀਆਂ। ਔਰੰਗਜ਼ੇਬ ਲੰਘਿਆ, ਉਹਨੇ ਸੋਚਿਆ ਤੀਰਥ ਕਹਿੰਦਾ ਕਿ ਹਿੰਦੂਆਂ ਦਾ ਬੜਾ ਵੱਡਾ ਤੀਰਥ ਹੈ ਜੀ। ਉਹਨੇ ਆਖਿਆ ਇਸ ਤੀਰਥ ਨੂੰ ਭਰ ਦਿਓ, ਬੰਦ ਕਰ ਦਿਓ, ਅਤੇ ਅੱਜੇ ਬੰਦ ਕਰੋ। ਜਿੰਨੀ ਫੌਜ ਨਾਲ ਸੀ ਆਖਿਆ ਵੀ ਹੁਣੇ ਇਹਨੂੰ ਪੂਰਦੇ ਉਹ ਸਰੋਵਰ, ਅਤੇ ਇੱਥੋਂ ਤੱਕ ਸ਼ਕਤੀ ਵਰਤੀ ਵੀ ਰਾਤ ਨੂੰ ਮੇਰਾ ਮੰਜਾ ਅੰਦਰ ਲਾਓ ਇਹਨੂੰ ਭਰ ਕੇ। ਭਾਵੇਂ ਸੀ ਕਿ ਅੱਜੇ ਪੂਰੋ, ਹੁਣੇ ਪੂਰੋ, ਫੌਜਾਂ ਨੂੰ ਹੁਕਮ ਹੋ ਗਿਆ, ਫੌਜਾਂ ਨੇ ਲੱਗ ਕੇ ਕੋਸ਼ਿਸ਼ ਕੀਤੀ ਵੀ ਰਾਤ ਤੱਕ ਤੀਰਥ ਦਾ ਇਹ ਸਰੋਵਰ ਪੂਰਿਆ ਜਾਏ। ਸਰੋਵਰ ਸੀ ਬੜਾ ਵੱਡਾ, ਫੌਜ ਸਾਰੀ ਦੇ ਨਾਲ ਨਹੀਂ ਸੀ, ਥੋੜ੍ਹੀ ਜਿਹੀ ਸੀ। ਉਹ ਸਾਰਾ ਤੀਰਥ, ਸਾਰਾ ਸਰੋਵਰ ਭਰਿਆ ਰਹਿ ਗਿਆ ਪਾਣੀ ਮਿੱਟੀ ਨਾਲ। ਕਹਿਣ ਲੱਗਾ ਚਲੋ ਜਿੰਨਾ ਭਰਿਆ ਗਿਆ ਮੈਂ ਆਪਣੀ ਕਸਮ ਨਹੀਂ ਤੋੜਨੀ, ਮੈਂ ਆਪਣਾ ਮਜ਼ਬੂਤ ਇਰਾਦਾ ਨਹੀਂ ਬਦਲਣਾ, ਮੇਰਾ ਮੰਜਾ ਉੱਥੇ ਡਾ ਦਿਓ, ਜਿਹੜੀ ਥਾਂ ਭਰੀ ਗਈ ਹੈ ਉੱਥੇ ਹੀ ਡਾ ਦਿਓ। ਉਹ ਆਪਣੇ
ਸ਼ਬਦਾਵਲੀ ਬਹੁਤ ਅੱਗੇ ਜਾ ਕੇ ਗੱਲ ਪੈ ਪਾਈ ਸੰਤੋਖ ਸਿੰਘ ਨੇ ਵਰਤੀ, ਉਹਨੇ ਹੋਰ ਵੀ ਬਹੁਤ ਥਾਵਾਂ 'ਤੇ ਬਹੁਤ ਸਾਰੀ ਸ਼ਬਦਾਵਲੀ ਵਰਤੀ। ਮੈਂ ਇੱਥੇ ਰੁਕਣਾ ਚਾਹੁੰਦਾ। ਸਿਰਫ ਤੀਰਥ ਦੀ ਮਹਾਨਤਾ ਪ੍ਰਗਟਾਉਣ ਲਈ ਇਹ ਲਫ਼ਜ਼ ਵਰਤ ਦਿੱਤੇ ਕਿ ਰਾਤ ਨੂੰ ਜਦੋਂ ਔਰੰਗਜ਼ੇਬ ਦਾ ਮੰਜਾ ਉੱਥੇ ਡਾਇਆ ਗਿਆ ਅਤੇ ਰਾਤ ਨੂੰ ਪਾਣੀ ਸਰੋਵਰ ਦਾ ਫਿਰ ਚੜਾਇਆ ਅਤੇ ਬੜੀ ਮੁਸ਼ਕਿਲ ਨਾਲ ਜਾਨ ਬਚਾ ਕੇ ਔਰੰਗਜ਼ੇਬ ਆਪਣੀ ਪਤਨੀ ਸਮੇਤ ਉੱਥੋਂ ਨਿਕਲਿਆ। ਬਹਾਨਾ ਕਿ ਤੀਰਥਾਂ ਦਾ ਦੀ ਮਹਾਨਤਾ ਲੋਕਾਂ ਦੇ ਮਨਾਂ 'ਚ ਪੈਦਾ ਹੋ। ਮੈਂ ਉਸ ਪਲ ਜਾਣਾ ਚਾਹੁੰਦਾ। ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ, ਅਸੀਂ ਸਿੱਖ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਾਂ ਨਾ, ਅਸੀਂ ਫੈਸਲਾ ਤਾਂ ਉਹ ਮੰਨਣਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਜੋ ਬ੍ਰਾਹਮਣ ਦਾ ਉਹ ਤਾਂ ਨਹੀਂ। ਮੈਂ ਅਰਜ਼ ਕਰ ਰਿਹਾ ਸਾਂ, ਬ੍ਰਾਹਮਣ ਨੇ ਤੀਰਥ ਕਿਉਂ ਪੈਦਾ ਕੀਤੇ? ਇੱਕ ਬਿਜ਼ਨਸ ਸੀ, ਵਪਾਰ ਸੀ। ਅੱਗੇ ਪੁਰਾਤਨ ਸਮੇਂ ਅੰਦਰ ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ, ਵਪਾਰੀ ਲੋਕ ਬਿਜ਼ਨਸਮੈਨ ਆਪਣੇ ਗੱਡਿਆਂ 'ਤੇ ਸਮਾਨ ਲੱਦਦੇ ਸਨ, ਵੱਖਰੇ ਵੱਖਰੇ ਇਲਾਕਿਆਂ ਵਿੱਚ ਜਾ ਕੇ ਵੇਚਦੇ ਸਨ। ਔਰ ਜਿਉਂ ਜਿਉਂ ਲੋਕ ਸਿਆਣੇ ਹੁੰਦੇ ਗਏ, ਬਿਜ਼ਨਸਮੈਨ ਸਿਆਣਾ ਹੁੰਦਾ ਗਿਆ, ਵਿੱਚੋਂ ਹੁਣ ਵੱਡੇ ਵੱਡੇ ਸਟੋਰ ਬਣ ਗਏ। ਹੁਣ ਤੁਹਾਡੇ ਦਰਵਾਜ਼ੇ 'ਤੇ ਆ ਕੇ ਕੋਈ ਸਮਾਨ ਵੇਚਣ ਲਈ ਹੋਕਾ ਨਹੀਂ ਦਿੰਦਾ, ਹੁਣ ਤੁਹਾਨੂੰ ਸਟੋਰ 'ਤੇ ਜਾਣਾ ਪੈਂਦਾ ਸਮਾਨ ਲੈਣ ਵਾਸਤੇ। ਬਦਲ ਗਿਆ ਨਾ ਸਮਾਂ, ਬਸ ਇਹ ਹੋਈ ਹੈ। ਕਦੀ ਵਕਤ ਸੀ ਬ੍ਰਾਹਮਣ ਨੂੰ ਹਰ ਜਜਮਾਨ ਦੇ ਘਰੋਂ ਜਾ ਕੇ ਦਕਸ਼ਣਾ ਇਕੱਠੀ ਕਰਨੀ ਪੈਂਦੀ ਸੀ, ਦਾਨ ਲੈਣਾ ਸੀ ਅਤੇ ਬ੍ਰਾਹਮਣ ਨੂੰ ਜਜਮਾਨ ਦੇ ਘਰ ਜਾਣਾ ਪੈਂਦਾ ਸੀ। ਜਾਂਦੇ ਸਨ ਉਗਰਾਹੀ ਵਾਸਤੇ, ਸਾਡੇ ਵੀ ਜਾਂਦੇ ਰਹਿਣ, ਮੈਂ ਨਾਮ ਨਹੀਂ ਲੈਣਾ, ਬੇਜੀ ਸਾਹਿਬ ਵੀ ਜਾਂਦੇ ਰਹਿਣ ਸੀ, ਕਹਿਣਾ ਇਹ ਵੀ ਅਸੀਂ ਸਿੱਖੀ 'ਤੇ ਚੱਲੇ ਹਾਂ, ਉਹਨੇ ਨਾਂ ਵਰਤਦੇ ਸਨ ਸਿੱਖੀ 'ਤੇ ਚੱਲੇ ਹਾਂ। ਅਤੇ ਹੁੰਦਾ ਮਤਲਬ ਇਹ ਸੀ ਕਿ ਜਿਹਨਾਂ ਜਿਹਨਾਂ ਕੋਲੋਂ ਜਿੰਨੀ ਜਿੰਨੀ ਮਾਇਆ ਸਲਾਣਾ ਮਿਲਦੀ ਉਹ ਲੈਣ ਜਾਣ। ਹੁਣ ਬ੍ਰਾਹਮਣ ਬੜਾ ਸਿਆਣਾ ਨਿਕਲਿਆ, ਪੜ੍ਹਿਆ ਲਿਖਿਆ ਸੀ, ਉਹਨੇ ਆਖਿਆ ਕਿੰਨੀ ਕੁ ਦੇਰ ਲੋਕਾਂ ਨੂੰ ਜਜਮਾਨ ਥਾਂ ਥਾਂ ਖਿਲਦੇ ਹੋਏ ਨੇ, ਜਾ ਕੇ ਪੈਸਾ ਇਕੱਠਾ ਕਰਦਾ ਫਿਰਾਂਗਾ ਆਪਣੀ ਰੋਟੀ ਲਈ, ਕਿਉਂ ਨਾ ਇੱਕ ਐਸਾ ਭੁਲੇਖਾ ਪਾਇਆ ਗਿਆ ਵੀ ਇੱਥੇ ਆਏ ਬਿਨਾਂ, ਇੱਥੇ ਆ ਕੇ ਦਾਨ ਕੀਤੇ ਬਿਨਾਂ ਦਾਨ ਨਹੀਂ ਫਲਦਾ, ਇੱਥੇ ਆਏ ਬਿਨਾਂ ਮੁਕਤੀ ਨਹੀਂ ਹੁੰਦੀ। ਹੁਣ ਮੇਰੀ ਦੁਕਾਨ ਚੱਲ ਪਈ, ਲੋਕ ਉੱਥੇ ਆਉਣ ਮੈਨੂੰ ਦੇਣ ਵਾਸਤੇ, ਮੈਂ ਕੋਈ ਜਮ੍ਹਾਂ ਘਰ ਘਰ ਮੰਗਣ ਵਾਸਤੇ। ਬ੍ਰਹਮਣਿਸ਼ਮ ਦੀ ਘਰ ਸੀ, ਤੀਰਥਾਂ ਦਾ ਆਰੰਭ ਕਿੱਥੋਂ ਹੋਇਆ? ਉਹਨੇ ਜਿੱਥੇ ਜਿੱਥੇ ਆਪਣਾ ਕਬਜ਼ਾ ਜਮਾਇਆ, ਭਾਵੇਂ ਹਰਿਦੁਆਰ ਹਰੀ ਭਾਵੇਂ ਕੁਰਕਸ਼ੇਤਰ, ਜਿੱਥੇ ਜਿੱਥੇ ਬਣਾਇਆ ਉਹਨਾਂ ਨੂੰ ਤੀਰਥ ਡਿਕਲੇਅਰ ਕਰਕੇ ਲੋਕਾਂ ਵਿੱਚ ਇਹ ਭਰਮ ਪਾਇਆ ਵੀ ਇੱਥੇ ਆਓਗੇ ਤਾਂ ਮੁਕਤੀ ਹੋਏਗੀ, ਲੋਕ ਉੱਥੇ ਜਾਣਾ ਸ਼ੁਰੂ ਹੋ ਗਏ। ਹੁਣ ਉਹਨੂੰ ਮੰਗਣ ਜਾਣ ਦੀ ਲੋੜ ਨਹੀਂ ਪੈਂਦੀ ਸੀ ਉੱਥੇ। ਮੈਂ ਤਾਂ ਕਈ ਵੀ ਐਗਜ਼ਾਮਪਲ ਕੌਲੀ ਸੁਚਾਈ ਹੈ ਜੀ, ਪਰ ਸ਼੍ਰੋਮਣੀ ਕਮੇਟੀ ਨੇ 1.5 ਅਰਬ ਦੀ ਗੋਲਕ ਤੁਹਾਡੇ ਕੋਲੋਂ ਘਰਾਂ ਵਿੱਚੋਂ ਜਾ ਕੇ ਇਕੱਠੀ ਕਰਨੀ ਹੋਵੇ ਕਰ ਸਕੀਏ? ਕਿੱਥੇ ਕਿੱਥੇ ਜਾਏਗੀ? ਉਹਨਾਂ ਨੇ ਲੋਕਾਂ ਦੇ ਹਿਰਦੇ ਵਿੱਚ ਇੱਕ ਭੁਲੇਖਾ ਪਾਇਆ ਕਿ ਘਰ ਵਿੱਚ ਅਖੰਡ ਪਾਠ ਦੀ ਉਹ ਮਹਾਨਤਾ ਨਹੀਂ ਜਿਹੜਾ ਉੱਥੇ ਭਾਵੇਂ 10 ਸਾਲ ਤੁਹਾਨੂੰ ਉਡੀਕਣਾ ਪਵੇ, ਜਿਹੜਾ ਉੱਥੇ ਕਰਾਓਗੇ ਮਹਾਨਤਾ ਆਉਂਦੀ। ਦਾਨਪੁਰ ਦਾ ਟਿਕਾਣਾ ਨਤੀਜਾ ਇਹ ਹੈ ਕਿ ਹੁਣ ਉਹਨੂੰ 1.5 ਅਰਬ ਦਾ ਬਜਟ ਉੱਥੇ ਬੈਠੇ ਨੂੰ ਮਿਲ ਰਿਹਾ। ਜਾਣ ਦੀ ਲੋੜ ਨਹੀਂ, ਤੀਰਥ ਡਿਟੇਲ ਹੁੰਦਾ ਫਾਇਦਾ ਹੁੰਦਾ ਤੇ ਹੈ ਬ੍ਰਾਹਮਣਿਜ਼ਮ, ਉਹ ਬ੍ਰਾਹਮਣ ਸੀ ਇੱਥੇ ਕੇਸਾਧਾਰੀ ਬ੍ਰਾਹਮਣ ਹੈ, ਮਸਲਾ ਇਹ ਸੀ। ਨਹੀਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਹਰਿਮੰਦਰ ਸਾਹਿਬ ਦੇ ਅੰਦਰ, ਤੇ ਜਿੱਥੇ ਬੈਠਾ ਗੁਰੂ ਆਖ ਰਿਹਾ ਜਾਏ ਆਖ ਰਿਹਾ ਹੋਵੇ ਤੀਰਥ ਨਾਮ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ। ਕਹਿਣ ਲੱਗੇ ਅਸਲ ਵਿੱਚ ਅੰਮ੍ਰਿਤ ਸਰੋਵਰ ਜਿਹੜਾ ਹੈ ਉਹ ਗੁਰੂ ਹੈ, ਅਤੇ ਗੁਰੂ ਕੌਣ ਹੈ? ਅੱਜ ਜੇ ਸਾਡੇ ਕੋਲ ਕੋਈ ਪੁੱਛੇ ਗੁਰੂ ਕੌਣ ਹੈ ਤੇ ਆਖਾਂਗੇ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਇੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਇਹ ਹਰਿਮੰਦਰ ਕਿਉਂ ਨਹੀਂ?
ਇਹਦਾ ਮਤਲਬ ਅਸੀਂ ਕਿਸੇ ਇੱਟਾਂ ਪੱਥਰਾਂ ਦੀ ਇਮਾਰਤ ਨਾਲ ਜੁੜੇ ਹੋਏ ਹਾਂ ਉਹਨੂੰ ਕੀਰਤ ਸਮਝ ਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਗੱਲ ਕਹਿ ਰਿਹਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰਗਿਆਨ ਮੱਝਣ ਦਾ ਪਰੰਪਰਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ ਕਿਸੇ ਥਾਂ ਤੇ ਤੀਰਥ ਕਿਸੇ ਵਿਅਕਤੀ ਕਿਸੇ ਅਸਥਾਨ ਬਲਕਿ ਇੱਥੋਂ ਤੱਕ ਆਖ ਦਿੱਤਾ ਤੀਰਥ ਜਾਓ ਦੁਖਾਂ ਤੇ ਹੈ ਅਸੀਂ ਮੱਥਾ ਟੇਕਨੇ ਆ ਪੰਡ ਸਮਝਦੇ ਨੇ ਉਵੇਂ ਤੀਰਥ ਯਾਤਰਾ ਨਿਕਲ ਗਈਆਂ ਵਿਹਲਾ ਸਮਾਂ ਤੇ ਸਰਮਾਇਆ ਖਰਾਬ ਕਰਕੇ ਸਾਡੇ ਲੋਕ ਵੀ ਲੰਬੀਆਂ ਲੰਬੀਆਂ ਤੀਰਥ ਯਾਤਰਾ ਤੇ ਜਾਂਦੇ ਨੇ ਫੈਸਲਾ ਗੁਰਬਾਣੀ ਦੇ ਉਲਟ ਹੈ ਗੁਰਬਾਣੀ ਕੋਲ ਪੁੱਛ ਕੇ ਜਾਓ ਗੁਰੂ ਕਹਿੰਦੇ ਸਤਿਗੁਰ ਪੂਛ ਨਾ ਮਾਰਗ ਚਾਲੀ ਸੁੱਤੀ ਰਹਿਣ ਵਿਆਹ ਨਹੀਂ ਅਸੀਂ ਗੁਰੂ ਕੋਲੋਂ ਪੁੱਛ ਕੇ ਤਾਂ ਆਪਣੇ ਜੀਵਨ ਦੇ ਧਰਮ ਦਾ ਫੈਸਲਾ ਹੀ ਨਹੀਂ ਕਰ ਰਹੇ ਮੈਂ ਤਾਂ ਇਹ ਨਹੀਂ ਕਹਿੰਦਾ ਮੈਂ ਕਿਸੇ ਦੇ ਹੱਕ ਵਿੱਚ ਜਾ ਕੇ ਮੈਂ ਤਾਂ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਹੁਣ ਗੁਰੂ ਤਾਂ ਆਖਦੇ ਤੀਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤੀਰਥ ਸ਼ਬਦ ਹੈ ਤੀਰਥ ਨਾਮ ਹੈ ਹੋਰ ਕੋਈ ਤੀਰਥ ਨਹੀਂ ਅਸੀਂ ਤੀਰਥ ਨਹੀਂ ਬਣਾਏ ਅਸੀਂ ਇੱਕ ਨਵੇਂ ਭਰਮ ਤੇ ਭੁਲੇਖੇ ਲੋਕਾਂ ਵਿੱਚ ਪੈਦਾ ਨਹੀਂ ਕੀਤੇ ਵੀ ਸੰਗ ਸਾਹਿਬ ਸਾਡਾ ਤੀਰਥ ਅਸਥਾਨ ਹੈ ਜੀ ਉਹਦੇ ਵਿੱਚੋਂ ਜਿਹੜਾ ਇੱਕ ਵਾਰੀ ਲੰਘ ਜਾਏ ਪਾਪ ਨਸ਼ਟ ਹੋ ਗਿਆ ਮੁਕਤ ਹੋ ਗਿਆ ਕਿੱਡਾ ਆਸਾਨ ਹੈ ਕਿਸੇ ਚੰਗੇ ਕਰਨ ਦੀ ਲੋੜ ਹੀ ਨਹੀਂ ਚੰਗੇ ਬਣਨ ਦੀ ਜ਼ਰੂਰਤ ਹੀ ਨਹੀਂ ਸਾਰੀ ਉਮਰ ਪਾਪ ਕਰੀ ਜਾਓ ਇੱਕ ਵਾਰੀ ਜਾ ਕੇ ਸੰਗ ਸਾਹਿਬ ਵਿੱਚੋਂ ਲੰਘ ਜਾਓ ਉਹ ਬ੍ਰਹਮਣਿਜ਼ਮ ਸਾਡੇ ਵਿੱਚ ਉਸੇ ਤਰ੍ਹਾਂ ਆ ਗਿਆ ਅਸੀਂ ਬਜਾਏ ਸਮਝਣ ਦੇ ਉਹ ਕੁਝ ਬ੍ਰਹਮਣਿਜ਼ਮ ਵਾਂਗੂ ਸਿਰਫ ਫਰਕ ਇੰਨਾ ਹੈ ਉਹ ਡੰਡੇ ਨਾਲ ਨਹੀਂ ਸਿਮਣਾ ਹੁੰਦਾ ਅੱਜ ਅਸੀਂ ਆਖੀਏ ਸੰਨ ਸਾਹਿਬ ਦਾ ਕੋਈ ਫਾਇਦਾ ਨਹੀਂ ਤੇ ਸਾਡੇ ਮਗਰ ਡੰਡਾ ਲੈ ਕੇ ਖੜੇ ਨੇ ਫਰਕ ਇੰਨਾ ਹੋ ਰਿਹਾ ਉਹ ਕੁਝ ਹੋ ਰਿਹਾ ਜੋ ਗੁਰਬਾਣੀ ਨਹੀਂ ਚਾਹੁੰਦੀ ਉਹ ਕੁਝ ਹੋ ਰਿਹਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਚਾਹੁੰਦੇ ਬਾਬਾ ਕਬੀਰ ਜੀ ਦਾ ਅੱਜ ਦਾ ਸਲੋਕ ਫਿਰ ਪੜ੍ਹੋ ਕਹਿੰਦੇ ਨੇ ਗੰਗਾ ਤੀਰ ਜੋ ਘਰ ਕਰੇ ਕਹਿਣ ਲੱਗੇ ਉਹ ਗੰਗਾ ਦਾ ਤੀਰਥ ਸਮਝ ਕੇ ਉੱਥੇ ਜਾ ਕੇ ਇਸ਼ਨਾਨ ਕਰਨ ਵਾਲੇ ਆ ਵੀ ਚੱਲ ਮੈਂ ਗੰਗਾ ਦੇ ਇਸ਼ਨਾਨ ਕਰ ਰਿਹਾ ਉੱਥੋਂ ਦਾ ਪਾਣੀ ਬੋਤਲ ਵਿੱਚ ਪਾ ਕੇ ਗੰਗਾ ਦਾ ਪਾਣੀ ਲਿਆਉਣ ਵਾਲਿਆ ਮੈਂ ਤੇਰੇ ਕੋਲ ਪੁੱਛਣਾ ਬਾਬਾ ਕਬੀਰ ਦਾ ਖਿਆਲ ਹੈ ਮੇਰਾ ਨਹੀਂ ਬਣਦਾ ਕਹਿਣ ਲੱਗੇ ਮੈਂ ਤੈਨੂੰ ਯਕੀਨ ਦਿਵਾਉਣਾ ਤੂੰ ਤੇ ਇੱਕ ਦਿਨ ਜਾ ਕੇ ਇਸ਼ਨਾਨ ਕਰਨਾ ਨਾ ਸਾਲ ਵਿੱਚ ਜੋ 2 ਸਾਲ ਬਾਅਦ 4 ਸਾਲ ਬਾਅਦ ਤੇ ਉੱਥੋਂ ਇੱਕ ਬੋਤਲ ਪਾਣੀ ਦੀ ਭਰ ਕੇ ਲਿਆਉਣਾ ਹੈ ਉਹ 2-4-10 ਦਿਨ ਵਿੱਚ ਖਤਮ ਹੋ ਜਾਂਦੀ ਕਹਿੰਦੇ ਨੇ ਇਹ ਤਾਂ ਛੋਟੀ ਜਿਹੀ ਗੱਲ ਮੈਂ ਤੈਨੂੰ ਚੈਲੰਜ ਕਰਨਾ ਬਾਬਾ ਕਬੀਰ ਕਹਿੰਦੇ ਨੇ ਮੈਂ ਤੈਨੂੰ ਚੈਲੰਜ ਕਰਨਾ ਤੂੰ ਜਾ ਕੇ ਘਰ ਹੀ ਗੰਗਾ ਦੇ ਕਿਨਾਰੇ ਬਣਾ ਲੈ ਕਦੀ ਕਦੇ ਜਾਣਾ ਤਾਂ ਬਹੁਤ ਵੱਡੀ ਗੱਲ ਹੈ ਨਾ ਜੇ ਤੂੰ ਘਰ ਹੀ ਪਾ ਲੈ ਗੰਗਾ ਦੇ ਕਿਨਾਰੇ ਤੇ ਰਹਿ ਹੀ ਉੱਥੇ ਤੇ ਤੈਨੂੰ ਪਾਣੀ ਵੀ ਕਿਤੋਂ 2-4-10 ਘੁੱਟ ਪੀਣ ਵਾਸਤੇ ਕਿਸੇ ਬੋਤਲ ਵਿੱਚ ਨਾ ਭਰ ਕੇ ਲਿਆਉਣਾ ਪਵੇ ਗੰਗਾ ਤੋਂ ਹੀ ਪਾਣੀ ਪੀ ਮੇਰੇ ਲਫ਼ਜ਼ ਨੇ ਬਾਬਾ ਕਬੀਰ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰੇ ਤੀਰ ਕਹਿੰਦੇ ਨੇ ਕਿਨਾਰੇ ਪੀਵੇ ਨਿਰਮਲ ਨੀਰ ਕਹਿਣ ਲੱਗੇ ਕੋਈ ਗੰਗਾ ਦੇ ਕਿਨਾਰੇ ਆਪਣਾ ਘਰ ਬਣਾ ਲੈ ਤੇ ਉੱਥੋਂ ਦਾ ਨਿਰਮਲ ਜਲ ਸਮਝ ਕੇ ਪਵਿੱਤਰ ਜਲ ਸਮਝ ਕੇ ਉਹ ਉਹਦਾ ਆਹਾਰ ਪਾਣੀ ਪੀਵੇ
ਅਸੀਂ ਵੀ ਆਦੀ ਹੋ ਗਏ। ਸਾਡਾ ਹਾਲਤ ਕੀ ਹੈ? ਗੁਰੂ ਸਾਨੂੰ ਕੱਢਣਾ ਚਾਹੁੰਦਾ ਇਹਨਾਂ ਪਰਮਾਂ ਵਿੱਚੋਂ। ਮੈਨੂੰ ਰਜੇਸ਼ ਦੀ ਇੱਕ ਗੱਲ ਬੜੀ ਖੂਬਸੂਰਤ ਯਾਦ ਆਈ, ਕੋਈ ਗੱਲ ਨਾ ਕਈ ਵਾਰ ਬਣਿਆ। ਉਹ ਕਹਿੰਦਾ ਬਹੁਤ ਸਾਰੇ ਲੋਕ ਕੈਦੀ ਦੇ ਰੂਪ ਵਿੱਚ ਜੇਲ੍ਹ ਵਿੱਚ ਡੱਕ ਦਿੱਤੇ ਗਏ, ਲੰਬੀ ਸਜ਼ਾ ਹੋ ਗਈ, 40-40 ਸਾਲ ਜੇਲ੍ਹ ਵਿੱਚ ਬੈਠੇ ਰਹੇ ਬੁੱਢੇ ਹੋ ਗਏ। ਘਰ ਵਾਲੇ ਵੀ ਕੁਝ ਦਿਨ ਆਏ ਮੁਲਾਕਾਤ ਵਾਸਤੇ, ਉਹਨਾਂ ਵੀ ਆਉਣਾ ਛੱਡ ਦਿੱਤਾ। ਜਿਹੜੇ ਪੁੱਤਰ ਬੱਚੇ ਸਨ ਉਹ ਬੁਢੇਪੇ ਵਿੱਚ ਆ ਗਏ, ਉਹਨਾਂ ਘਰ ਵੀ ਬਦਲ ਲਏ, ਕਾਰੋਬਾਰ ਵੀ ਬਦਲ ਲਏ, ਕਈ ਸਾਥੀ ਸਾਥ ਵੀ ਛੱਡ ਗਏ, ਸਭ ਕੁਝ ਬਦਲ ਗਿਆ, ਸ਼ਹਿਰਾਂ ਦੀ ਨੁਹਾਰ ਬਦਲ ਗਈ। ਕਹਿੰਦੇ 40 ਸਾਲ ਬਾਅਦ ਉਹਨਾਂ ਨੂੰ ਰਿਹਾ ਕਰਨ ਦਾ, ਰਿਹਾਈ ਦਾ ਹੁਕਮ ਹੋ ਗਿਆ। ਬੜੀ ਖੂਬਸੂਰਤ ਐਗਜ਼ਾਮਪਲ ਹੈ, ਰਿਹਾਈ ਦਾ ਆਰਡਰ ਹੋ ਗਿਆ, ਦਰਵਾਜ਼ੇ ਖੋਲ੍ਹ ਦਿੱਤੇ ਗਏ ਜੇਲ੍ਹ ਵਿੱਚੋਂ, ਸਾਰਿਆਂ ਨੂੰ ਆਖਿਆ ਬਾਹਰ ਨਿਕਲ ਜਾਓ, ਬਾਹਰ ਨਿਕਲ ਜਾਓ। ਬਾਹਰ ਆ ਗਏ, ਸੋਚੀ ਪੈ ਕੇ ਕਿੱਧਰ ਜਾਈਏ, ਸ਼ਹਿਰ ਦੀ ਨੁਹਾਰ ਬਦਲੀ, ਗਲੀਆਂ ਮਹੱਲੇ ਉਹ ਨਹੀਂ ਰਹੇ, ਘਰ ਵਾਲਾ ਕੋਈ ਲੈਣ ਨਹੀਂ ਆਇਆ, ਕਈ ਘਰ ਪਾਲਦੇ ਪਾਲਦੇ ਕਿਤੇ ਪਹੁੰਚੇ ਵੀ ਤੂੰ ਨਾ ਆਖਿਆ ਜੀ ਉਹ ਤਾਂ ਕਦੋਂ ਦੇ ਚਲੇ ਗਏ, ਕਾਰੋਬਾਰ ਆਪਣਾ ਕੋਈ ਨਹੀਂ, 40 ਸਾਲ ਬੀਤ ਗਏ, ਕੰਮ ਕਰਨਾ ਵੀ ਨਹੀਂ ਆਉਂਦਾ, ਸ਼ਾਮ ਨੂੰ ਰੋਟੀ ਕਿੱਥੋਂ ਖਾਵਾਂਗੇ, ਰਾਤ ਕਿਵੇਂ ਗੁਜ਼ਾਰਾਂਗੇ, ਇੱਥੇ ਕਮ ਸੇ ਕਮ ਰੋਟੀ ਤਾਂ ਪੱਕੀ ਪਕਾਈ ਮਿਲਦੀ ਸੀ ਨਾ, 40 ਸਾਲ ਬੀਤ ਗਏ। ਉਹ ਕਹਿੰਦੇ ਅੰਦਰ ਰਹਿ ਰਹਿ ਕੇ 40 ਸਾਲ ਬਾਅਦ ਜਦੋਂ ਬਾਹਰ ਕੱਢਿਆ ਨਾ, ਉਹਨਾਂ ਨੂੰ ਰਾਤ ਕੱਟਣੀ ਔਖੀ ਹੋ ਗਈ, ਕੋਈ ਨਾ ਮਿਲਿਆ, ਰਾਤ ਕੱਟਣੀ ਔਖੀ ਹੋ ਗਈ। ਜਦੋਂ ਦਿਨ ਚੜਿਆ, ਦਰਵਾਜ਼ਾ ਖੁੱਲਿਆ ਜੇਲ੍ਹ ਦਾ, ਕੀ ਵੇਖਿਆ, ਸਾਰੇ ਦਰਵਾਜ਼ੇ ਅੱਗੇ ਬੈਠੇ ਨੇ, ਸਾਰੇ ਦਰਵਾਜ਼ੇ ਅੱਗੇ ਬੈਠੇ ਨੇ, ਸਾਨੂੰ ਅੰਦਰ ਆਉਣ ਦੀ ਇਜਾਜ਼ਤ ਦਿਓ, ਅਸੀਂ ਬਾਹਰ ਨਹੀਂ ਰਹਿਣਾ, ਸਾਨੂੰ ਇੱਥੇ ਜੋ ਸੁੱਖ ਹੈ ਬਾਹਰ ਨਹੀਂ। ਕੌਣ ਕਰੇਗਾ, ਕੌਣ ਕਮਾਏਗਾ, ਕੌਣ ਆਪਣੇ ਜੀਵਨ ਦੇ ਅਡੰਬਰ ਨੂੰ ਸੰਭਾਲੇਗਾ, ਕੌਣ ਮੁੜ ਮੁੜ ਰਿਸ਼ਤੇਦਾਰੀਆਂ ਤੇ ਸਬੰਧ ਇਕੱਠੇ ਕਰੇ, ਇੱਥੇ ਠੀਕ ਆ, ਸਾਨੂੰ ਅੰਦਰ ਕਰ ਦਿਆ। ਉਹ ਕਹਿੰਦਾ ਬਸ ਇਹੋ ਹਾਲਤ ਸਾਡੀ ਹੈ, ਜਦੋਂ 10-20-30 ਸਾਲ, 40 ਸਾਲ, 50 ਸਾਲ ਸਾਨੂੰ ਇਸ ਕੈਦ ਵਿੱਚ, ਬ੍ਰਹਮਨਿਜ਼ਮ ਦੀ ਕੈਦ ਵਿੱਚ, ਇਸ ਜਾਲ ਵਿੱਚ ਫਸੇ ਹੋਏ ਨੂੰ ਬੀਤ ਜਾਂਦੇ ਹਨ। ਫਿਰ ਜੇ ਸਾਨੂੰ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਕੇ ਇਸ ਵਿੱਚੋਂ ਆਜ਼ਾਦ ਕਰਨ ਲਈ ਆਉਂਦਾ, ਕਹਿੰਦੇ ਜੀ ਕੌਣ, ਗੁਰੂ ਤਾਂ ਕਹਿੰਦਾ ਉਦਮ ਕਰਿੰਦੇ ਆ ਜੀਵ ਤੂੰ ਕਮਾਉਂਦੇ ਆ ਸੁੱਖ ਭੋਣ ਚ, ਬੜਾ ਔਖਾ ਹੈ, ਅਸੀਂ ਬ੍ਰਹਮਨਿਜ਼ਮ ਦੇ ਜਾਲ ਵਿੱਚ ਹੀ ਚੰਗੇ ਹਾਂ, ਸਾਨੂੰ ਗੁਰਮੁਖ ਕਮਾਉਣੀ ਬੜੀ ਔਖੀ ਹੈ, ਸਾਰੇ ਸਾਨੂੰ 40-50 ਸਾਲ, ਹੁਣ ਸਾਨੂੰ ਤਾਂ 3 ਸਦੀਆਂ ਬੀਤ ਗਈਆਂ, ਸਾਨੂੰ ਕਹਿੰਦੇ ਉਹੋ ਹੀ ਲੋਕ ਜੀ, ਸਾਡੇ ਪਿਤਾ ਪਿਤਾਮਾ ਇਹੋ ਕੁਝ ਕਰਦੇ ਸਨ, ਤੁਸੀਂ ਸਾਨੂੰ ਕਹਿੰਦੇ ਹੋ ਛੱਡ ਦਿਓ, ਨਹੀਂ ਉਹ ਜੇਲ੍ਹ ਪਿਆਰੀ ਹੋ ਗਈ, ਉਹ ਜੇਲ੍ਹ ਸਾਨੂੰ ਛੱਡਣੀ ਔਖੀ ਹੋ ਗਈ, ਉਹ ਭਰਿਆ। ਗੁਰੂ ਐਵੇਂ ਨਹੀਂ ਕਹਿੰਦਾ, ਸਤਿਗੁਰੂ ਕਹਿੰਦੇ ਨੇ ਪੰਖੀ ਦੀ ਹਾਲਤ ਕੀ ਹੈ, ਜਾਲ ਪਸਾਰ, ਚੌਕ ਬਿਸਤਾਰੀ, ਪੰਖੀ ਜਿਉਂ ਹਾਲਤ ਹੈ। ਜਦੋਂ ਬਹੁਤੀ ਦੇਰ ਪਿੰਜਰੇ ਵਿੱਚ ਰਹਿ ਰਹਿ ਕੇ ਪੰਛੀ ਨੂੰ ਆਦਤ ਪੈ ਜਾਏ ਨਾ ਪਿੰਜਰੇ ਦੀ, ਫਿਰ ਉਹਨੂੰ ਕਈ ਵਾਰ ਬਾਹਰ ਕੱਢ ਕੇ ਬਿਠਾਓ, ਫਿਰ ਮੁੜ ਕੇ ਪਿੰਜਰੇ ਵਿੱਚ ਆਉਂਦਾ ਹੈ।
अधिकार दे गुरु सानू इस मन मत दे इस कर्म कांड दे जंजाल विचों कढ़ना चाहता है कि जिंदगी मेरे तीर्थ यात्रावां ते इन्हां दे मगर लग के दान पुण ते इन्हां दी मर्जी नाल जीवण दी आदत छड़ दे तू श्री गुरु ग्रंथ साहिब कोलों पुछ के जीव देख तैनूं श्री गुरु ग्रंथ साहिब जीवन सिखा रहे पर तू तो कहना नहीं मैनूं जिहड़े जीवन की रहत श्री गुरु ग्रंथ साहिब आखे मेरे लिए वह जरूरी भी मैनूं जेल पैदा करने वाले लोगों की रहत मर्यादा जरूरी है बस आ दुखां दा इलाज तैनूं यह भी विश्वास नहीं कि श्री गुरु ग्रंथ साहिब भी मैनूं जीवन की रहत दे सकता है वह भी मैनूं कोई जीवन की मर्यादा दे सकता है क्योंकि ब्रह्मनिज्म वांगूं तू मनुख का गुलाम होना सौखा समझना है ते भाई गुरदास बड़ी खूबसूरत गल लगता है सतगुरु साहब छड़ के मनमुख होए बंदे का बंदा गुरु आख रहे कहो मानक ते क्या होया वे जो किस भावे सोई करावे गुरु आखदा है जो कुछ मंगना ही उस मालिक को मंग तेनू उहदे ते भरोसा नहीं तू ते इंसाफ भी मंगना है जे रखवाली भी मंगना है ते फिर बंदियां को मंगना है जिन्हां दी मर्जी नाल तू दुखां विच पिया है बाबा कबीर जी ने बड़ी खूबसूरत गल आखी कहने लगे पढ़िया मैं तेरी आदत तो मजबूर हाँ तेनों एक गल समझाना चाहना तेरी आदत तेरे सामने रखना चाहना तू समझना ना गंगा दे किनारे ते इशनान कीते हां गंगा दा जल बोतल भर के ले जाया मुक्ति हो जाती कहने लगे नहीं तो छोटी गल है तू घर ही इत्थे बना इतने घर बना एक बोतल नहीं दिन रात इतों ही पानी पी पर बाबा कबीर कहते ने मैं तेनों एक गल समझा दिया ते फैसला तुम गल समझा दिया तेरी मुक्ति नहीं हो सकती कहने लगे गंगा पीर जो घर रब नाल जुड़ नहीं रहा तू ब्राह्मण को मुक्ति चाहना अस्मिति हो कर रहे देखो कौड़ी गल जरूर रखती है इस चीज की जिन्ना वो गल भी जेडे पिंजरे में रह के जेडे जेल में रह के 40 साल 50 साल गुजार बैठे उन्होंने बाहर टाइम कढ़ना बड़ा औखा हो गया है कहते सानू ओ परिवर्तन बड़े चंगे लगते हैं सानू ओ बाणियां चाहिए सानू ओ अमृत चाहिए सानू ओ तीर्थ यात्रा चाहिए सानू ओ अखंड पाठां दी लड़ियां चाहिए सानू सौखा है पैसे दिते ग्रंथी सिंह नू पैसे भेजे हरिमंदर साहब पैसे भेजे किसी साधु महात्मा नू आख्या इत्थे मेरे घर मैनू हुक्मनामा लिख के भेज दिओ जे अखंड पाठ तुसीं उत्थे कर लो मैनू नहीं पता कदों अखंड पाठ होया कुछ दिन बाद घर कागज के पेपर से लिखा होया एक हुक्मनामा आ गया लो जी तुहाडा अखंड पाठ की समाप्ति हो गई आ हुक्मनामा आया तू संतुष्ट है संतुष्ट है क्योंकि वो तेनू आदत पै चुकी तेनू सौखा लगना तो सामने दिखा लेना जी हड़बीती ऐसा स्थान जदों आप शुरू की बाणी जी विचार उदों फैसला किया फार्म भी बनाया इतने असी कोई किराए का अखंड पाठ नहीं करना जिन्हें अखंड पाठ करवाना हो भला कोई निराश भी ना जाए ये फैसला किया उस वास्ते शर्त होएगी फार्म भरे कि मेरे परिवार के दो जी घटो घट श्री गुरु ग्रंथ साहब के चरणों में बैठ के पाठ सुनेंगे इत्थे सेवा में रहेंगे ये नहीं कि पैसे दिते पाठ कर
ਉਹ ਆਪਣੇ ਵੱਲੋਂ ਇਹ ਲਿਖ ਕੇ ਦੇਣ ਕਿ ਸਾਡੇ ਦੋ ਜੀ ਆਉਣਗੇ ਇੱਥੇ ਹੀ ਰਹਿਣ। ਹੁਣ ਦਾ ਨਤੀਜਾ ਪਤਾ ਕੀ, 14 ਸਾਲ ਹੋ ਗਏ ਨੇ ਆਪਾਂ ਨੂੰ, 14 ਸਾਲਾਂ ਵਿੱਚ 2 ਅਖੰਡ ਪਾਠ ਹੋਏ ਨੇ 14 ਸਾਲਾਂ ਪੂਰੀ। ਕਿਉਂ? ਇੱਕ ਤਾਂ ਆਪਾਂ ਪਹਿਲਾ ਇਸ ਦੀ ਬਹੁਮਤ ਵਜੋਂ ਆਪ ਕੀਤਾ ਸੀ ਸਾਰੀ ਸੰਗਤ ਨੇ ਮਿਲ ਕੇ, ਦੂਜਾ ਇੱਕ ਅਖੰਡ ਪਾਠ ਇੱਥੇ ਇਸ ਲਈ ਹੋਇਆ ਕਿਉਂਕਿ ਆਪਣਾ ਪਰਿਵਾਰ ਅਮਰੀਕਾ ਤੋਂ ਇੱਥੇ ਬੱਚੀ ਦਾ ਆਨੰਦ ਕਾਰਜ ਵਾਸਤੇ ਵਿਆਹ ਵਾਸਤੇ ਆਇਆ ਸੀ, ਉਹਨਾਂ ਅਖੰਡ ਪਾਠ ਕਰਵਾਉਣਾ ਸੀ। ਜਦੋਂ ਅਸੀਂ ਉਹਨਾਂ ਦੇ ਸਾਹਮਣੇ ਸ਼ਰਤ ਰੱਖੀ ਤਾਂ ਉਹ ਕਹਿਣ ਲੱਗੇ, ਸਾਨੂੰ ਤਾਂ ਚੰਗਾ ਨਾਲ ਤਾਂ ਸਾਨੂੰ ਥਾਂ ਮਿਲੇਗੀ, ਅਸੀਂ ਕਿਸੇ ਹੋਟਲ 'ਚ ਨਹੀਂ ਠਹਿਰਾਂਗੇ, ਰਿਹਾਇਸ਼ ਮਿਲੇਗੀ, ਅਸੀਂ ਉੱਥੇ ਬੈਠ ਕੇ ਪਾਠ ਸੁਣਾਂਗੇ, ਅਸੀਂ ਉਹ ਵੀ ਕਰਾਂਗੇ, ਅਖੰਡ ਪਾਠ ਵੀ ਹੋ ਜਾਏਗਾ, ਨਾਲ ਸਾਨੂੰ ਕਿਸੇ ਹੋਟਲ 'ਚ ਨਹੀਂ ਠਹਿਰਨਾ ਪਏਗਾ। ਲਓ ਉਹ ਇਸ ਪਰਿਵਾਰ ਨੇ, ਉਹ ਵੀ ਲੰਡਨ ਤੋਂ ਚਾਵਲਾ ਸਾਹਿਬ ਆਏ ਸਨ, ਉਹ ਉਹਨਾਂ ਦੇ ਪਰਿਵਾਰ ਦੀ ਗੱਲ ਹੈ, ਅਣ ਪਛਾਣ ਵਾਲੇ ਸਨ। ਤਾਂ ਮੇਰੇ ਕਹਿਣ ਤੋਂ 14 ਸਾਲਾਂ ਵਿੱਚ 2 ਅਖੰਡ ਪਾਠ ਹੋਏ ਨੇ। ਕਿਉਂ ਕਿਉਂ? ਇੱਥੇ ਲੜੀਆਂ ਅਖੰਡ ਪਾਠ ਨਹੀਂ ਚੱਲਦੀਆਂ, 10-10 ਸਾਲ ਲੋਕ ਉਡੀਕਦੇ ਨੇ ਅਖੰਡ ਪਾਠ ਨੂੰ, ਪਰ ਇੱਥੇ ਕਰਾਉਣਾ ਹੈ। ਉਹ ਭਲੇ ਧਰਮ ਨੂੰ ਵਪਾਰ ਨਾ ਬਣਾਓ, ਧਰਮ ਨੂੰ ਬਿਜ਼ਨਸ ਨਾ ਬਣਾਓ। ਉਹਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਸਾਡੀ ਜ਼ਿੰਦਗੀ ਇੱਕ ਵਪਾਰ ਬਣ ਗਈ ਹੈ। ਵਪਾਰ ਵਿੱਚ ਕਦੀ ਪਿਆਰ ਨਹੀਂ ਹੁੰਦਾ, ਵਪਾਰ ਵਿੱਚ ਕਦੀ ਸੁੱਖ ਨਹੀਂ ਹੁੰਦੀ, ਸ਼ੱਕ ਹੁੰਦਾ। ਵਪਾਰੀ ਆਦਮੀ ਦਿੰਦਾ ਹੈ ਅਤੇ ਕਹਿੰਦਾ ਪਹਿਲਾਂ ਦੇਖ ਲਵਾਂ, ਪੈਸੇ ਰੁਪਏ ਅਸਲ ਨੇ ਕਿਤੇ ਨਕਲੀ ਨੋਟ ਤਾਂ ਨਹੀਂ ਦੇ ਗਿਆ। ਸਾਡੇ ਨਾਲ ਉਹ ਕੁਝ ਹੋ ਰਹੀ, ਦਿਨ ਰਾਤ ਹੋ ਰਹੀ ਹੈ, ਪਰ ਅਸੀਂ ਇਸ ਵਪਾਰ ਵਿੱਚ ਇੰਨੇ ਮਦਮਸਤ ਹੋਏ ਹਾਂ ਕਿ ਸਾਨੂੰ ਇਹ ਜੀਵਨ ਚੰਗਾ ਲੱਗਣ ਲੱਗ ਪਿਆ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਵੀ ਨਹੀਂ ਪੁੱਛ ਰਹੇ ਕਿ ਸਾਡੇ ਜੀਵਨ ਲਈ ਕੀ ਹੁਕਮ ਹੈ। ਬਾਬਾ ਕਬੀਰ ਜੀ ਨੇ 2 ਆਪਣੇ ਸਲੋਕਾਂ ਵਿੱਚ ਫੈਸਲਾ ਦੇ ਦਿੱਤਾ, ਕਹਿੰਦੇ ਨੇ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ ਕਿਉਂ ਕਹਿ ਰਮੈ ਕਬੀਰ। ਫੈਸਲਾ ਮਤਲਬ ਅਸੀਂ ਬਾਬਾ ਕਬੀਰ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਕਮੇਟੀ ਦਾ ਵੀ ਫੈਸਲਾ ਨਾ ਮੰਨੀਏ, ਤੇ ਜੇ ਮੰਨੀਏ ਤੇ ਫਿਰ ਤੀਰਥਾਂ ਦੀ ਝਾਕ ਕਿਉਂ ਰੱਖੀ? ਤੀਰਥ ਉਹਦੇ ਹੁੰਦੇ ਭਾਵੇਂ ਆਪਣੇ ਹੋਣ, ਅਸੀਂ ਤੀਰਥ ਬਣਾ ਕੇ ਉੱਥੇ ਹੀ ਉਸੇ ਜਾਲ 'ਚ ਫਸੇ ਹੋਏ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਘਰ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਤੁਸੀਂ ਸਵੇਰੇ 1 ਘੰਟਾ ਬੈਠ ਕੇ, 1/2 ਘੰਟਾ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਕਰ ਲਓ, ਉਸ ਵਿੱਚੋਂ ਜੋ ਮਿਲੇ ਉਸਨੂੰ ਦਿਲ ਦੇ ਵਿੱਚ ਧਾਰਨ ਕਰਕੇ ਜੀਵਨ ਦਾ ਹਿੱਸਾ ਬਣਾ ਲਓ। ਉਹ ਚੰਗਾ ਹੈ ਕਿ ਪੈਸੇ ਭੇਜ ਕੇ ਅਖੰਡ ਪਾਠ ਦਾ ਪਤਾ ਹੀ ਨਾ ਹੋਵੇ ਕਦੋਂ ਹੋ ਗਿਆ, ਉਹ ਚੰਗਾ। ਸੱਚਾਈ ਨੂੰ ਪਛਾਣੋ, ਆਹ ਦੁਕਾਨ ਬਣ ਰਿਹਾ। ਅਗਲੇ ਸਲੋਕ ਵਿੱਚ ਬਾਬਾ ਕਬੀਰ ਜੀ ਨੇ ਇਸਦਾ ਹੋਰ ਚੰਗੀ ਤਰ੍ਹਾਂ ਫੈਸਲਾ ਦਿੱਤਾ। ਕਹਿਣ ਲੱਗੇ ਇੱਕ ਪਾਸੇ ਮੈਂ ਇਹ ਕਹਿ ਰਿਹਾ ਕਿ ਗੰਗਾ ਦੇ ਕਿਨਾਰੇ 'ਤੇ ਘਰ ਕਰਕੇ ਇੱਥੋਂ ਦੇ ਜਲ ਨਾਲ ਵੀ ਤੂੰ ਪਵਿੱਤਰ ਨਹੀਂ ਹੋ ਸਕਦਾ, ਮੁਕਤੀ ਨਹੀਂ ਮਿਲਦੀ, ਰੱਬ ਨਹੀਂ ਮਿਲਦਾ। ਅਤੇ ਹੁਣ ਅਗਲਾ ਸਲੋਕ ਵੇਖੋ, ਕਹਿਣ ਲੱਗੇ ਚੰਗੀ ਗੱਲ ਤਾਂ ਇਹ ਹੈ ਆਪਣੇ ਮਨ ਨੂੰ ਪਵਿੱਤਰ ਕਰ, ਅਤੇ ਮਨ ਨੂੰ ਇਹੋ ਜਿਹਾ ਪਵਿੱਤਰ ਕਰ ਕਿ ਮਨ ਨੂੰ ਗੰਗਾ ਦੀ ਝਾਕ ਨਾ ਰਹੇ, ਮਨ ਆਪ ਖੁਦ ਗੰਗਾ ਦਾ ਰੂਪ ਹੋ ਜਾਏ, ਗੰਗਾ ਵਰਗਾ ਪਵਿੱਤਰ ਖਿਆਲ ਮਨ ਵਿੱਚ ਪੈਦਾ ਹੋ ਜਾਏ। ਕਹਿਣ ਲੱਗੇ ਕਬੀਰ ਮਨ ਨਿਰਮਲ ਜੈਸਾ ਪਵਿੱਤਰ ਕਰ ਲਵੇ ਜ
जीव जातु तसव्वर करने गंगा नु। ये नहीं कि गंगा वो जी है, पर तेरे मन अंदर एक भरम है ना भी खरे गंगा का जल ज्यादा पवित्र है, पर वो जी ज्यादा पवित्र है तो चंगी गल है, मन नु ज्यादा पवित्र कर ले, वो गंगा वर्गा पवित्र हो जाए। कहने लगे जिस दिन मन तेरा गंगा वर्गा पवित्र हो गया ना, फिर तेनू रब ढूंढन ले नहीं जाना पाएगा, रब तेनू ढूंढेगा, वो तेरे घर आपे आवेगा। कहने लगे जिंदे विच असी अपने जीवन का समा भी सरमाया भी सोच भी तीनों चीजा बर्बाद कर रहे हैं, प्राप्ति नहीं, प्राप्ति नहीं। मेहराना गुरु आखदा होवे किनका एक जिस जी बसावे ताकि महिमा गणी ना होवे, ते अखंड पाठा दियां लड़ियां चल जान ते तेरे जीवन विच कोई फर्क ना पवे, फिर वह किनका एक किड़ा होगा। पर वो जी बसावे की गल है, पैसे भेज के कराए हुए की गल नहीं। गुरु की गल हिरदे विच वसनी चाहिए, पैसे दे के नहीं कराउणी। ये गल्लां श्री गुरु ग्रंथ साहिब कोल समझनियां ने। जिन्नी देर असी नहीं समझांगे ब्रह्मनिज़म दे उस जाल बदलवे रूप विच, असी ये नहीं कहिंदे वो माड़ा सी, बदलवे रूप विच असी वह जो जाल विच फसे होएगा। वो एवें नहीं कहिंदे सानू कि सिख कौन है जी, एक किसा तरी हिंदू, कभी असली देखिए तो उ हो रहा है। असी सब कुछ कमा के ब्रह्मनिज़म वालू रहे हैं, हाँ किसा तरी कहता हक बन जाता है। इसलिए सानू श्री गुरु ग्रंथ साहब कोलों पुछ के अपने जीवन का भविख सवारना चाहिए है। उत्थे श्री गुरु ग्रंथ साहब ने यह गल कह दी अपनी रचना तो कह मैंने कि पंडित मुला जो लिख दिया छाड़ चले हम कछू ना लिया। गुरु कहता नहीं, ना मैं पंडित की गल मन, ना मैं मना, मैं मुला की गल, मैं उस जाल विचों बाहर निकलना चाहना। सो आओ श्री गुरु ग्रंथ साहब इस पखंड के जाल विचों बाहर कढ़ना चाहता है। हुण असी उस जेल के कैदियों वांगू मुड़ मुड़ जेल विच जाना चाहते हैं, ये हुण फैसला असली करना है। इन्हां शब्दों नाल खिमा दा जा चेका फतेह बुलाओ। वाहिगुरु जी का खालसा, वाहिगुरु जी।